ਸੰਸਕਾਰ ਤੁਹਾਨੂੰ ਟ੍ਰਾਂਸਪਲਾਂਟ ਹੋਣ ਤੋਂ ਰੋਕੇ ਉਹ ਸੰਸਕਾਰ ਬਦਲ ਦਿਓ। ਤਾਂ ਮੇਰਾ ਸੰਸਕਾਰ ਹੈ ਕਿ ਮੈਂ ਇਹਨੂੰ ਲੁੱਟ ਲਵਾਂ। ਉਹਦੇ ਕੋਲ 2 ਜਾਂ 3 ਲੱਖ ਹੈ, ਬਜ਼ੁਰਗ ਹੈ, ਤਾਂ ਬੁੱਧੀ ਬੜੀ ਮੇਰੀ ਹਿਤੈਸ਼ੀ ਹੈ। ਬੁੱਧੀ ਕਹਿੰਦੀ ਨਹੀਂ, ਦੇਖ ਕਿਤੇ ਕੋਈ ਛਿੱਤਰ ਖਾਣ ਦਾ ਕੋਈ ਪ੍ਰੋਗਰਾਮ ਨਾ ਬਣ ਜਾਏ, ਕੋਈ ਆਸ ਪਾਸ ਨਾ ਹੋਏ, ਕੋਈ ਪੁਲਿਸ ਵਾਲਾ ਨਾ ਹੋਵੇ, ਕੋਈ ਇਸ ਬਜ਼ੁਰਗ ਦੇ ਨਾਲ ਨਾ ਹੋਏ, ਇਹ ਕੋਈ ਕੈਮਰੇ ਨਾ ਲੱਗੇ ਹੋਣ। ਤਾਂ ਬੁੱਧੀ ਨੇ ਸਾਰਾ ਅਨੈਲਿਸਿਸ ਕੀਤਾ, ਗ੍ਰੀਨ ਸਿਗਨਲ ਦੇ ਦਿੱਤਾ ਕਿ ਮੂਵ ਅਹੈਡ, ਅੱਗੇ ਚਲੇ ਜਾ, ਸਭ ਰਸਤਾ ਕਲੀਅਰ ਹੈ। ਕਿਉਂਕਿ ਬੁੱਧੀ ਇਹ ਚਾਹੁੰਦੀ ਕਿ ਮਨ ਦੀ ਕੋਈ ਵੀ ਖੁਸ਼ੀ ਲੈ ਲਾ, ਪਰ ਆਪਣੇ ਆਪ ਨੂੰ ਬਚਾ ਕੇ। ਹੁਣ ਮੈਂ ਅੱਗੇ ਚੱਲਿਆ ਤਾਂ ਅਚਾਨਕ ਇੱਕ ਤੀਸਰੀ ਆਵਾਜ਼ ਆਉਂਦੀ ਹੈ। ਉਹ ਆਵਾਜ਼ ਹੀ ਅਸਲ 'ਚ ਪਰਮਾਤਮਾ ਦੀ ਆਵਾਜ਼ ਹੈ। ਉਹ ਕਿਤੇ ਰੋਕੇਗੀ ਕਿ ਇਸ ਬਜ਼ੁਰਗ ਨੇ ਪਤਾ ਨਹੀਂ ਕਿੱਥੋਂ ਪੈਸੇ ਲਿਆਂਦੇ, ਉਹਦੀ ਪੂਰੀ ਜ਼ਿੰਦਗੀ ਦੀ ਕਮਾਈ ਹੈ, ਇਹਨੂੰ ਮਾਰ ਕੇ ਸੁੱਟ ਦੇਗਾ, ਆਪਣੇ ਬੱਚਿਆਂ ਦਾ ਸਹਾਰਾ ਹੋਏਗਾ, ਕਿਸੇ ਦਾ ਸਹਾਰਾ ਬਣਨ ਜਾ ਰਿਹਾ। ਤਾਂ ਜਿਹਨੇ ਉਸ ਚੇਤਨਾ ਦੀ, ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣ ਕੇ, ਉਸ ਬਜ਼ੁਰਗ ਦੀ ਹੈਲਪ ਕਰਕੇ ਉਹਨੂੰ ਉਹਦੇ ਘਰ ਪਹੁੰਚਾ ਦਿੱਤਾ, ਵਿਸ਼ਵਾਸ ਕਰਿਓ ਉਹਨੂੰ ਕੋਈ ਧਿਆਨ, ਸਮਾਧੀ, ਮੰਦਿਰ, ਮਸਜਿਦ, ਚਰਚ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਉਹਨੇ ਆਪਣੇ ਆਪ ਨੂੰ ਸਾਧਨਾ ਸ਼ੁਰੂ ਕਰ ਦਿੱਤਾ। ਉਹਨੇ ਗੀਤਾ ਦੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਉਪਦੇਸ਼ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ, ਜੋ ਉਪਦੇਸ਼ ਕੀ ਹੈ ਕਿ ਮਨ ਸੇ ਉੱਪਰ ਬੁੱਧੀ ਔਰ ਬੁੱਧੀ ਸੇ ਉੱਪਰ ਚੇਤਨਾ। ਕੋਈ ਚਿੱਤਰਗੁਪਤ ਬਾਹਰ ਨਹੀਂ ਹੈ, ਇਹ ਚਿੱਤਗੁਪਤ ਹੀ ਹੈ ਜੋ ਸਾਡੀ ਚੇਤਨਾ ਦੀ ਆਵਾਜ਼ ਹੈ। ਜਦ ਕਹਿੰਦੇ ਨਾ ਮਰ ਜਾਂਦਾ ਹੈ, ਕੋਈ ਚਿੱਤਰਗੁਪਤ ਹਿਸਾਬ ਨਹੀਂ ਕਰਦਾ, ਇਹ ਅੰਦਰਲੀ ਚੇਤਨਾ ਦੀ ਆਵਾਜ਼ ਜਿਹਨੇ ਸੁਣੀ ਹੈ ਤਾਂ ਸਭ ਖੁੱਲ੍ਹ ਕੇ ਉੱਥੇ ਸਾਹਮਣੇ ਆ ਜਾਂਦਾ ਕਿ ਆਪਣੀ ਜ਼ਿੰਦਗੀ 'ਚ ਕੀ ਕਰਕੇ ਆਏ ਹੋ। ਪਰ ਇਹ ਹੋਏਗਾ ਕਦੋਂ? ਜਦੋਂ ਜੀਵਨ ਹੋਸ਼ ਪੂਰਵਕ ਜੀਣਾ ਸ਼ੁਰੂ ਕਰ ਦੋਗੇ। ਮੈਂ ਬੋਲਿਆ ਨਾ ਕਿ ਹੋਸ਼ ਦੇ ਨਾਲ ਜ਼ਿੰਦਗੀ ਜੀਣੀ, ਕਿਉਂਕਿ ਧਿਆਨ ਸਮਾਧੀ ਮੇਰੇ ਨਾਲ, ਬਾਬਾ ਜੀ ਨੇ ਧਿਆਨ ਸਮਾਧੀ ਵੀ ਅਸੀਂ ਮਾਧੋਪੁਰ ਜਾ ਕੇ ਕਰਕੇ ਆਏ, ਸੁਖਵਿੰਦਰ ਹੋਣਾ ਨੇ ਮੇਰਾ ਸਾਰਾ ਸਟਾਫ ਗਿਆ। ਜਿੰਨਾ ਵੀ ਅਧਿਆਤਮ ਹੈ, ਜਿੰਨੇ ਵੀ ਧਾਰਮਿਕ ਗ੍ਰੰਥ ਹੈ, ਉਹ ਅਲਟੀਮੇਟਲੀ ਇੱਕ ਚੀਜ਼ ਦੇ ਉੱਪਰ ਮੁੱਕਦੇ ਹੈ, ਉਹ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਹੋਸ਼ ਪੂਰਵਕ ਜੀਣਾ। ਹੋਸ਼ ਪੂਰਵਕ ਕਦੋਂ ਜੀਣਾ ਕਿ ਜਿੱਥੇ ਤੁਹਾਨੂੰ ਪਹਿਚਾਨ ਕਰਨੀ ਆ ਜਾਏ ਕਿ ਮੈਂ ਜਿਹੜਾ ਕੰਮ ਕਰ ਰਿਹਾ ਕਿ ਮੈਂ ਮਨ ਔਰ ਬੁੱਧੀ ਚੋਂ ਜੇ ਲੜਾਈ ਹੈ ਤਾਂ ਬੁੱਧੀ ਨਹੀਂ ਸੁਣਨੀ, ਲੇਕਿਨ ਜੇ ਉਹ ਮਨ ਬੁੱਧੀ ਔਰ ਚੇਤਨਾ ਦੀ ਲੜਾਈ ਹੈ ਤਾਂ ਮੈਂ ਆਪਣੇ ਚਿੱਤ ਦੀ ਆਵਾਜ਼ ਸੁਣਨੀ, ਕਿਉਂਕਿ ਇਹ ਚਿੱਤ ਹੀ ਚਿੱਤਰਗੁਪਤ ਬਣ ਕੇ ਅੰਦਰ ਬੈਠਾ। ਇੰਨੀਆਂ ਇੱਕ ਛੋਟੀ ਜਿਹੀ ਗੱਲ ਜੋ ਸਵੇਰੇ ਕਾਰਪੋਰੇਸ਼ਨ 'ਚ ਦੱਸ ਕੇ ਆਈ ਸੀ, ਸੋ ਮਨ ਕੀਤਾ ਕਿ ਇਹਦੇ ਉੱਪਰ ਥੋੜ੍ਹਾ ਜਿਹਾ ਤੁਹਾਡੇ ਨਾਲ ਵੀ ਜ਼ਿਕਰ ਕਰਾਂ, ਕਿਉਂਕਿ ਜਦ ਤੱਕ ਏਡੀਸੀ ਦਾ ਚਾਰਜ ਹੈ, ਡੈਫੀਨੇਟਲੀ ਤੁਸੀਂ ਵੀ, ਮਤਲਬ ਕਿ ਜਦੋਂ ਆਫਿਸਰ ਦੇ ਨਾਲ ਸਟਾਫ ਕੰਮ ਕਰਦਾ ਤੇ ਉਹ ਉਹਦੇ ਕਹਿਣ ਦਾ ਮਤਲਬ ਬੱਚੇ ਹੀ ਹੁੰਦੇ, ਚਾਹੇ ਅਧਿਕਾਰੀ ਹੈ ਚਾਹੇ ਕਰਮਚਾਰੀ ਹੈ। ਸੋ ਉਸ ਤਰੀਕੇ ਦੇ ਨਾਲ ਇਹ ਗੱਲ ਦੱਸੀ। ਤੋ ਪਿਤਾ ਜੀ ਦੀ ਹਜ਼ੂਰੀ 'ਚ ਬੈਠ ਕੇ ਅਸੀਂ ਗੱਲ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਇੱਕ ਇੱਕ ਤੁਕ ਲਿਖੀ ਹੈ ਨਾ, ਧੁਰ ਕੀ ਬਾਣੀ ਹੈ। ਜਦੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ, ਪਰ ਸਮਝ ਆਏਗੀ ਕਦੋਂ? ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ, ਡੀ ਸੀ ਆਫਿਸ ਸਟਾਫ ਵੱਲੋਂ। ਇਹ ਸਾਡੇ ਹਰ ਸਾਲ ਆਪਣੇ ਡੀ ਸੀ ਆਫਿਸ ਯੂਨੀਅਨ
ਆਪਣੇ ਪਾਠ ਰਖਾਉਂਦੀ ਹੈ ਸੁਖਮਨੀ ਸਾਹਿਬ ਦਾ ਪਾਠ ਸਾਲ ਦੇ ਪਹਿਲੇ ਦਿਨ ਅਸੀਂ ਕਰਦੇ ਹਾਂ ਜਿਹਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲ ਸਕੇ ਅਤੇ ਲੋਕਾਂ ਦਾ ਆਪਾਂ ਸੇਵਾ ਕਰ ਸਕੀਏ। ਇਹਦੇ ਉਪਲਬਧ ਸਾਡੇ DC ਸਾਹਿਬ SDM ਸਾਹਿਬ ਸਾਰੇ ਆਉਂਦੇ ਆ ਅਤੇ ਬੜਾ ਚੰਗਾ ਲੱਗਦਾ, ਬੜੀ ਖੁਸ਼ੀ ਮਿਲਦੀ ਆ, ਪੂਰਾ ਸੈਕਟਰੇਟ ਇਕੱਠਾ ਹੋ ਕੇ ਆਸ਼ੀਰਵਾਦ ਲੈਂਦਾ ਗੁਰੂ ਸਾਹਿਬ ਦੀ ਹਾਜ਼ਰੀ 'ਚ। ਇਹ ਸਾਨੂੰ 16 ਸਾਲ ਹੋ ਗਏ ਜੀ, 2005 ਤੋਂ ਸਾਡੇ ਹੈੱਡ ਸਾਹਿਬ ਨੇ ਸ਼ੁਰੂ ਕੀਤੀ ਸੀ, ਸਾਡੇ ਪਹਿਲੇ ਪ੍ਰਧਾਨ ਜੀ ਹਰਮੇਲ ਸਿੰਘ ਲੌਂਗੇ ਜੀ, ਉਹਨਾਂ ਤੋਂ ਬਾਅਦ ਫਿਰ ਅਸੀਂ ਲਗਾਤਾਰ ਹੀ ਚੱਲਦੇ ਆ ਰਹੇ ਹਾਂ ਮਾਲਕ ਦੀ ਕਿਰਪਾ ਨਾਲ।